ਰਜੇਸ਼ ਗੁਪਤਾ, ਪ੍ਰੈਜ਼ੀਡੈਂਟ ਟ੍ਰੇਡਰ ਫੈਡਰੇਸ਼ਨ ਵੇਅਰ ਹਾਊਸ ਨੈਰੋ ਮਾਰਕੀਟ ਜੰਮੂ। ਮੈਂ ਨਵੇਂ ਸਾਲ ਕੀ ਸ਼ੁਭਕਾਮਨਾਏ ਆਪਣੇ ਸਭੀ ਵਪਾਰੀ ਭਾਈਓਂ ਕੋ, ਟ੍ਰੇਡਰ ਫੈਡਰੇਸ਼ਨ ਵੇਅਰ ਹਾਊਸ ਕੇ ਲੋਗੋਂ ਕੋ ਔਰ ਮੁਲਾਜ਼ਮੋਂ ਕੋ ਔਰ ਉਨਕੇ ਦੋਸਤੋਂ ਕੋ ਸਭ ਕੋ ਦੇਤਾ ਹੂੰ। ਔਰ ਇਸ ਮੌਕੇ ਪਰ ਚਾਹਤਾ ਹੂੰ ਕਿ ਵਪਾਰ ਉਨਕਾ ਤਰੱਕੀ ਕਰੇ ਔਰ ਅੱਛੇ ਕਾਰੋਬਾਰ ਹੋਂ ਔਰ ਆਉਣ ਵਾਲਾ ਸਾਲ ਸਭ ਕੇ ਲਈ ਅੱਛਾ ਵਪਾਰ ਔਰ ਅੱਛੇ ਖੁਸ਼ੀਆਂ ਲੈ ਕੇ ਆਏ। ਕੀਰਤੀ ਗੁਪਤਾ, ਪ੍ਰੈਜ਼ੀਡੈਂਟ ਦਾਲ ਐਸੋਸੀਏਸ਼ਨਸ ਵੇਅਰ ਹਾਊਸ ਨੈਰੋ ਮਾਰਕੀਟ। ਆਪਣੇ ਪੂਰੇ ਦੇਸ਼ ਵਾਸੀਓਂ ਕੋ ਨਵੇਂ ਸਾਲ ਕੀ ਗ੍ਰੀਟਿੰਗਸ ਦੇਤਾ ਹੂੰ ਔਰ ਇਹ ਦੁਆ ਕਰਤਾ ਹੂੰ ਈਸ਼ਵਰ ਸੇ ਵੀ ਮੇਰੇ ਸਟੇਟ ਕੇ ਹਾਲਾਤ, ਜੰਮੂ ਕਸ਼ਮੀਰ ਕੇ ਹਾਲਾਤ ਜੋ ਹੈ ਵੋ ਭਗਵਾਨ ਕਰੇ ਅੱਛੀ ਤਰ੍ਹਾਂ ਸੇ ਪੂਰੀ ਤਰ੍ਹਾਂ ਸੇ ਸੁਧਰ ਜਾਏ ਔਰ ਹਮਾਰੀ ਸਟੇਟ ਮੇਂ ਅਮਨ ਔਰ ਅਮਾਨ ਰਹੇ ਔਰ ਹਮਾਰੇ ਵਪਾਰ ਕੇ ਜਿਤਨੇ ਵੀ ਵਪਾਰੀ ਭਾਈ ਹੈ ਉਨ ਸਭੀ ਕੋ ਮੇਰੀ ਤਰਫ ਸੇ ਨਵੇਂ ਸਾਲ ਕੀ ਸ਼ੁਭਕਾਮਨਾਏ। ਉਨਕਾ ਵਪਾਰ ਫਲੇ ਫੁਲੇ ਔਰ ਜ਼ਿਆਦਾ ਸੇ ਜ਼ਿਆਦਾ ਬੜੇ। ਸਟੇਟ ਗੌਰਮੈਂਟ ਕੋ ਵੀ ਹਮਾਰੀ ਟੋਲ ਟੈਕਸ ਕੀ ਇੱਕ ਸਮੱਸਿਆ ਹੈ, ਉਸ ਸਮੱਸਿਆ ਕੋ ਆਉਣ ਵਾਲੇ ਜੋ ਬਜਟ ਹੈ ਉਸਮੇ ਇਸਕੋ ਖਤਮ ਕਰੀਏ ਤਾਂ ਕਿ ਵਨ ਟੈਕਸ ਵਨ ਨੇਸ਼ਨ ਹੈ। ਉਸੀ ਪਰਿਭਾਸ਼ਾ ਪੇ ਜੋ ਸੈਂਟਰਲ ਗੌਰਮੈਂਟ ਨੇ ਹਮੇ ਦਿਆ ਹੈ, ਹਮ ਵੀ ਚਾਹਤੇ ਹੈ ਬੀਂਗ ਏ ਉਪਭੋਗਤਾ, ਸਾਰੇ ਸਟੇਟ ਕੇ ਜਿਤਨੇ ਵੀ ਹਮਾਰੇ ਉਪਭੋਗਤਾ ਹੈ ਉਸਕੋ ਕਿਸੀ ਨਾ ਕਿਸੀ ਪ੍ਰਕਾਰ ਸੇ ਉਸ ਟੋਲ ਟੈਕਸ ਕੀ ਵਜ੍ਹਾ ਸੇ ਕੰਪੈਰੇਟਿਵਲੀ ਦੂਸਰੀ ਸਟੇਟੋਂ ਸੇ ਜ਼ਿਆਦਾ ਟੈਕਸ ਦੇਣਾ ਪੜਤਾ ਹੈ। ਅਗਰ ਵਹਾਂ ਪੇ ਕੋਈ ਚੀਜ਼ ਜੋ ਹੈ ਏਕ ਰੁਪਏ ਕੀ ਹੋਗੀ ਤੋ ਯਹਾਂ ਪੇ ਏਕ ਰੁਪਏ 80 ਪੈਸੇ ਕੀ ਹੋਗੀ, ਯਾਨੀ ਕਿ ਹਮੇ 80 ਪੈਸੇ ਕਾ ਟੋਲ ਟੈਕਸ ਜੋ ਹੈ ਵੋ ਫੂਡ ਗ੍ਰੇਨ ਪੇ ਲਗਤਾ ਹੈ, ਕਿਸੀ ਆਈਟਮ ਪੇ 320 ਰੁਪਏ ਕੁਇੰਟਲ ਕਾ ਲਗਤਾ ਹੈ, ਕਿਸੀ ਆਈਟਮ ਪੇ 20 ਰੁਪਏ ਨਗ ਕਾ ਲਗਤਾ ਹੈ ਔਰ ਕਿਸੀ ਆਈਟਮ ਪੇ 4000 ਕੁਇੰਟਲ ਕਾ ਵੀ ਲਗਤਾ ਹੈ। ਇਸ ਸਭੀ ਕਾ ਬੋਝ ਜੋ ਹੈ ਹਮਾਰੇ ਉਪਭੋਗਤਾ ਪੜਤਾ ਹੈ। ਉਪਭੋਗਤਾ ਮੈਂ ਵੀ ਹੂੰ ਔਰ ਉਪਭੋਗਤਾ ਜੋ ਹੈ ਹਮਾਰੇ ਸਟੇਟ ਕੇ ਦਰਾਬੂ ਸਾਹਿਬ ਵੀ ਹੈ ਔਰ ਮੈਂ ਮੈਡਮ ਮਹਿਬੂਬਾ ਮੁਫਤੀ ਜੀ ਵੀ ਹੈ। ਆਜ ਕੇ ਸ਼ੁਭ ਦਿਨ ਮੈਂ ਯਹੀ ਕਹਿਣਾ ਚਾਹੂੰਗਾ ਵੀ ਕਾਰੋਬਾਰ ਮੇਂ ਵ੍ਰਿੱਧੀ ਹੋ, ਹਮਾਰੇ ਸ਼ਹਿਰ ਵਾਸੀਓਂ ਕੋ ਜੋ ਵੀ ਗੌਰਮੈਂਟ ਨੇ ਜੈਸੇ ਹਿੰਡੋਲਾ ਜਾਂ ਆਰਟੀਫਿਸ਼ਲ ਲੇਕ ਜਾਂ ਔਰ ਵੀ ਜੋ ਚੀਜ਼ੇ ਜੰਮੂ ਮੇਂ ਪਰਯਟਕੋਂ ਕੋ ਆਕਰਸ਼ਿਤ ਕਰਤੀ ਹੈ ਉਸਕੋ ਜ਼ਿਆਦਾ ਸੇ ਜ਼ਿਆਦਾ ਤਵੱਜੋ ਦੀ ਜਾਏ, ਉਸਸੇ ਕਿਆ ਹੋਗਾ ਹਮਾਰੀ ਸਟੇਟ ਮੇਂ ਖੁਸ਼ਹਾਲੀ ਬੜੇਗੀ। ਟੂਰਿਜ਼ਮ ਕੋ ਬੜਾਵਾ ਦੀਆ ਜਾਏ, ਟੂਰਿਜ਼ਮ ਕੋ ਬੜਾਵਾ ਦੇਣੇ ਸੇ ਸਟੇਟ ਮੇਂ ਅਰਥ ਵਿਵਸਥਾ ਬੜੀ ਫਲੇਗੀ ਔਰ ਫੁਲੇਗੀ, ਉਸਸੇ ਹਰ ਸਟੇਟ ਕੇ ਨੌਜਵਾਨ ਹੋ ਬੜਾ ਬੁੜਾ ਬਹਿਨੇ ਜੋ ਵੀ ਹੈ ਉਨਕੀ ਅਰਥ ਦਸ਼ਾ ਮੇਂ ਸੁਖਦ ਪਰਿਵਰਤਨ ਆਤਾ ਹੈ। ਹਮ ਤੋ ਭਗਵਾਨ ਸੇ ਯਹੀ ਦੁਆ ਕਰੇਂਗੇ ਵੀ ਹਮਾਰਾ ਦੇਸ਼ ਜੋ ਹੈ ਫਲੇ ਫੁਲੇ, ਉਸਕੇ ਸਾਥ ਹਮਾਰੀ ਸਟੇਟ ਜੋ ਹੈ ਵੋ ਉਸਸੇ ਵੀ ਜ਼ਿਆਦਾ ਫਲੇ ਫੁਲੇ, ਤਾਂ ਕਿ ਹਮ ਯਹਾਂ ਪੇ ਅਮਨ ਅਮਾਨ ਔਰ ਅੱਛੇ ਤਰੀਕੇ ਸੇ ਯਹਾਂ ਪੇ ਰਹਿ ਸਕੇ।